ਦਲਜੀਤ ਸਿੰਘ ਜੀ ਕਦੇ ਪੰਜਾਬੀ ਸਿੰਗਰ ਰਹੇ ਅਤੇ ਹੁਣ ਬਾਲੀਵੁੱਡ ਸਿੰਗਰ ਬਣੇ। ਹਨੀ ਸਿੰਘ ਵੱਲੋਂ ਹਿੰਦੀ ਦੇ ਇੱਕ ਵੈੱਬ ਚੈਨਲ ਨੂੰ ਇੰਟਰਵਿਊ ਦੌਰਾਨ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਮੈਨੇ ਵੋੜਕਾ ਪੀਂਦੇ ਹੋਏ ਇਹ ਸੋਚਿਆ ਸੀ ਕਿ ਸਿੱਖਾਂ ਦੀ ਨਸਲਾਂ ਦੇ ਅੰਦਰ ਮੈਂ ਵੋੜਕਾ ਕਹਿ ਲਓ ਕਿ ਵਾੜ ਦੇਵਾਂਗਾ ਅਤੇ ਹਰ ਕਹਿ ਲਓ ਕਿ ਅੱਜ ਲੋਕ ਨੇ ਜੋ ਜ਼ਿਆਦਾ ਗਿਣਤੀ ਲੋਕ ਨੇ ਸਾਰਿਆਂ ਦੀ ਜ਼ਬਾਨ ਦੇ ਵਿੱਚ ਉਸਦਾ ਗਾਣਾ ਚਾਰ ਮਤਲਬ ਵੋੜਕਾ ਉਹ ਚੜ੍ਹ ਗਿਆ ਸੀ। ਜੋ ਇਹ ਵੱਡਾ ਬਿਆਨ ਦਿੱਤਾ ਹੈ ਕਿ ਸਿੱਖਾਂ ਦੀ ਨਸਲ ਦੇ ਵਿੱਚ ਉਹ ਵੋੜਕਾ ਪਾ ਦੇਣਗੇ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ, ਉਹਨਾਂ ਨੇ ਪਿਛਲੇ ਦਿਨੀ ਨਾ ਇੱਕ ਵੈਬ ਚੈਨਲ ਦੇ ਉੱਤੇ, ਨੈਸ਼ਨਲ ਲੈਵਲ ਦਾ ਵੈਬ ਚੈਨਲ ਹੈ, ਉਹਦੇ ਉੱਤੇ ਉਹਨਾਂ ਨੇ ਇੰਟਰਵਿਊ ਦਿੱਤੀ। ਸੋ ਇੰਟਰਵਿਊ ਦੌਰਾਨ ਉਹ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਵੀ ਕੀਤੀਆਂ, ਕਿਵੇਂ ਉਹ ਬਿਮਾਰ ਹੋ ਗਏ ਤੇ ਕਿਵੇਂ ਉਹ ਠੀਕ ਹੋਏ ਨੇ, ਉਹ ਸਾਰੀ ਗੱਲਬਾਤ ਕੀਤੀ। ਪਰ ਇੱਕ ਕੰਟਰੋਵਰਸ਼ੀਅਲ ਬਿਆਨ ਜਿਹੜਾ ਉਹਨਾਂ ਦਾ ਪੂਰੀ ਦੁਨੀਆਂ 'ਚ ਘੁੰਮ ਗਿਆ ਤੇ ਇਸ ਵੇਲੇ ਸਿੱਖ ਜਿਹੜੇ ਨੇ ਉਸ ਬਿਆਨ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਸਮਝ ਰਹੇ ਨੇ, ਸੋਚ ਰਹੇ ਨੇ ਕਿ ਇਹ ਵਾਕਈ ਗੱਲ ਸਹੀ ਹੈ। ਤੇ ਜੇ ਇਸ ਤਰੀਕੇ ਦੀ ਗੱਲ ਹੈ ਤਾਂ ਫਿਰ ਉਹ ਸਿੱਖ ਸੋਚ ਰਹੇ ਨੇ ਕਿ ਹਨੀ ਸਿੰਘ ਤੋਂ ਇਲਾਵਾ ਕੌਣ ਕੌਣ ਇਹਨਾਂ ਸਾਰੇ ਏਜੰਡੇ ਦੇ ਉੱਤੇ ਕੰਮ ਕਰ ਰਿਹਾ ਹੈ। ਕਿ ਇੱਕ ਪਾਸੇ ਆਪਾਂ ਜਦੋਂ ਗੱਲ ਕਰਦੇ ਹਾਂ ਪੰਜਾਬ 'ਚ ਨਸ਼ਾ ਬਹੁਤ ਹੈ, ਡਰੱਗ ਆ ਗਈ ਹੈ, ਚਿੱਟਾ ਦੂਜੇ ਤੀਜੇ ਆ ਗਏ ਆ, ਸੋ ਇਹਦਾ ਮਤਲਬ ਹੈ ਵੀ ਇਹਦੇ ਪਿੱਛੇ ਵੀ ਉਹ ਸਾਰਾ ਏਜੰਡਾ ਪਾਲਿਸੀ ਕੰਮ ਕਰ ਰਹੀ ਹੈ, ਜੇ ਹਨੀ ਸਿੰਘ ਦੀ ਗੱਲ ਉਹ ਸਹੀ ਹੈ। ਹੁਣ ਬਿਆਨ ਕੀ ਸੀਗਾ ਮੈਂ ਤੁਹਾਨੂੰ ਦੱਸਦਾ। ਹਨੀ ਸਿੰਘ ਨੇ ਕਿਹਾ ਉਸ ਇੰਟਰਵਿਊ ਦੇ ਵਿੱਚ ਕਿ ਮੈਂ ਆਸਟ੍ਰੇਲੀਆ ਗਿਆ ਸ਼ੋਅ ਕਰਨ ਵਾਸਤੇ। ਕਹਿੰਦਾ ਬਾਹਰ ਜਾਣ ਬਾਹਰ ਮੇਰੇ ਸ਼ੋਅ ਦੇ ਜਿੱਥੇ ਹੋਣਾ ਸੀ ਕਾਨਸਰਟ ਹਾਲ, ਉਹਦੇ ਬਾਹਰ ਕਹਿੰਦਾ 500 ਸਿੱਖ ਜਿਹੜੇ ਨੇ ਉਹ ਬੈਨਰ ਲੈ ਕੇ ਖੜੇ ਹੋਏ ਸੀ ਕਿ ਹਨੀ ਸਿੰਘ ਗੰਦੇ ਗਾਣੇ ਗਾਉਂਦਾ ਤੇ ਇਹਨੂੰ ਅਸੀਂ ਦੇਖਣਾ ਪਸੰਦ ਨਹੀਂ ਕਰਦੇ, ਇੱਥੋਂ ਵਾਪਸ ਜਾਵੇ, ਇਹ ਤਾਂ ਸਾਡੀ ਨਸਲ ਤਬਾਹ ਕਰਨ ਤੇ ਲੱਗਿਆ ਹੋਇਆ, ਇੰਨੇ ਗੰਦੇ ਗਾਣੇ ਇਹਦੇ। ਕਹਿੰਦਾ ਉਸ ਵੇਲੇ ਫਿਰ ਕਾਨਸਰਟ ਦੌਰਾਨ ਜਾਂ ਫਿਰ ਕਾਨਸਰਟ ਤੋਂ ਬਾਅਦ ਕਹਿੰਦਾ ਫਿਰ ਮੈਂ ਸ਼ਰਾਬ ਪੀਣੀ ਵੋਡਕਾ ਪੀਣਾ ਸ਼ੁਰੂ ਕੀਤਾ। ਕਹਿੰਦਾ ਜਦੋਂ 4 ਬੋਤਲ ਮੈਂ ਵੋਡਕਾ ਅਸੀਂ ਮੁਕਾ ਦਿੱਤੀ ਗਰੁੱਪ 'ਚ ਬੈਠਿਆਂ ਬੈਠਿਆਂ ਨੇ, ਫਿਰ ਕਹਿੰਦਾ ਮੈਂ ਇਹ ਗਾਣਾ ਲਿਖਿਆ ਸੀ ਵੀ 4 ਬੋਤਲ ਵੋਡਕਾ ਕਾਮ ਮੇਰਾ ਰੋਜ਼ਕਾ। ਤੇ ਕਹਿੰਦਾ ਫਿਰ ਮੈਂ ਇਹ ਆਪਣੇ ਨਾਲ ਬੈਠਿਆਂ ਨੂੰ ਕਿਹਾ ਸੀ ਗੁੱਸੇ ਦੇ ਵਿੱਚ ਆ ਕੇ ਵੀ ਇਹ ਜਿਹੜੇ ਕਹਿੰਦੇ ਆ ਨਾ ਵੀ ਹਨੀ ਸਿੰਘ ਗੰਦੇ ਗਾਣੇ ਗਾ ਕੇ ਸਾਡੀ ਨਸਲ ਖਰਾਬ ਕਰ ਰਿਹਾ, ਕਹਿੰਦਾ ਹੁਣ ਉਹੋ ਹੀ ਵੋਡਕਾ ਕਹਿੰਦਾ ਇਹਨਾਂ ਦੀ ਮੈਂ ਨਸਲ ਦੇ ਵਿੱਚ ਵਾੜ ਦਿਆਂਗਾ, ਇਹਨਾਂ ਦੀ ਨਸਲ ਜਿਹੜੀ ਹੈ ਉਹ ਵੋਡਕਾ ਵੋਡਕਾ ਹੀ ਜਿਹੜਾ ਹੈਗਾ ਉਹ ਬੋਲੇਗੀ। ਕਹਿੰਦਾ ਉਸ ਤੋਂ ਬਾਅਦ ਹੋਇਆ ਵੀ ਉਹ ਵੀ ਬੱਚੇ ਬੱਚੇ ਦੀ ਜ਼ੁਬਾਨ ਤੇ ਕਹਿੰਦਾ ਵੋਡਕਾ ਆ ਗਿਆ। ਮਤਲਬ ਤੁਸੀਂ ਦੇਖੋ, ਮੈਨੂੰ ਹੈਰਾਨਗੀ ਹੁੰਦੀ ਹੈ ਇਹਨਾਂ ਸਿੰਗਰਾਂ ਦੇ ਉੱਤੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬੜੇ ਵਧੀਆ ਵਧੀਆ ਸਿੰਗਰ ਨੇ, ਬੜੇ ਵਧੀਆ ਵਧੀਆ ਐਕਟਰ ਹੈ, ਅਸੀਂ ਕਦੇ ਵੀ ਸਾਰਿਆਂ ਦੀ ਗੱਲ ਨਹੀਂ ਕਰਦੇ ਹੁੰਦੇ। ਮਤਲਬ ਖਾਸ ਤੌਰ ਦੇ ਉੱਤੇ ਮੈਂ ਕੁਛ ਐਸੇ ਚਿਹਰਿਆਂ ਦੀ ਗੱਲ ਕਰਨੀ ਚਾਹਾਂਗਾ, ਜੇ ਹੁਣ ਹਨੀ ਸਿੰਘ ਤੋਂ ਸ਼ੁਰੂਆਤ ਕਰ ਲਈਏ। ਬਈ ਤੈਨੂੰ ਰੱਬ ਨੇ ਸ਼ੌਹਰਤ ਦਿੱਤੀ, ਤੈਨੂੰ ਰੱਬ ਨੇ ਇੰਨਾ ਦਿਮਾਗ ਦਿੱਤਾ, ਤੈਨੂੰ ਕਲਮ ਦਿੱਤੀ, ਤੈਨੂੰ ਰੈਪ ਸਟਾਰ ਬਣਾ ਦਿੱਤਾ, ਉਹੋ ਹੀ ਪੰਜਾਬੀਆਂ ਨੇ ਜਿਨ੍ਹਾਂ ਦੀਆਂ ਕੁੜੀਆਂ ਦੇ ਉੱਤੇ ਤੂੰ ਗੰਦੇ ਗਾਣੇ ਵੀ ਬੇਸ਼ੱਕ ਗਾਏ ਆ, ਪਰ ਫਿਰ ਵੀ ਉਹਨਾਂ ਨੇ ਤੈਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ, ਪਰ ਤੇਰੀ ਸੋਚ ਜਿਹੜੀ ਹੈ ਉਹ ਆਪਣੀ ਹੀ ਕੌਮ ਨੂੰ ਬਰਬਾਦ ਕਰਨ ਵਾਲੇ ਪਾਸੇ ਨੂੰ ਚੱਲੀ ਹੋਈ ਹੈ। ਤੂੰ ਕਹਿਣਾ ਕਿ ਮੈਂ ਵੋਡਕਾ ਇਹਨਾਂ ਦੀ ਨਸਲ ਦੇ ਵਿੱਚ ਵਾੜ ਦਿਆਂਗਾ। ਸੋ ਦੇਖੋ, ਜਿਹੜੀਆਂ ਕੌਮਾਂ ਦੀ ਨਸਲ ਦੇ ਵਿੱਚ ਡਰੱਗ ਵੜ ਗਈ ਹੈ, ਉਹ ਭਾਵੇਂ ਰੈੱਡ ਇੰਡੀਅਨਸ ਹੋਣ, ਅਮਰੀਕਾ ਦੇ ਜਿਹੜੇ ਮੂਲ ਨਿਵਾਸੀ ਨੇ ਨਾ ਰੈੱਡ ਇੰਡੀਅਨਸ, ਅੱਜ ਜਾ ਕੇ ਉਹਨਾਂ ਦਾ ਹਾਲ ਵੇਖੀਏ ਆਪਾਂ, ਉਹ ਸੜਕਾਂ ਤੇ ਰੁਲ ਰਹੇ ਆ ਤੇ ਬਾਹਰੋਂ ਆਏ ਹੋਏ ਗੋਰੇ ਜਿਹੜੇ ਨੇ ਉਹ ਉੱਥੇ ਰਾਜ ਕਰ ਰਹੇ ਆ। ਜੇ ਆਪਾਂ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀ ਗੱਲ ਕਰੀਏ ਤਾਂ ਉਹ ਵੀ ਮੰਗ ਮੰਗ ਕੇ ਖਾ ਰਹੇ ਆ। ਉਸ ਤੋਂ ਬਾਅਦ ਜੇ ਗੱਲ ਅਸੀਂ ਚੀਨ ਦੀ ਕਰੀਏ ਤੇ ਚੀਨ ਵੀ ਕਿਸੇ ਵੇਲੇ ਅਫੀਮ ਦੇ ਨਾਲ ਤਬਾਹ ਹੋ ਗਿਆ ਸੀ। ਮੇਰੇ ਕਹਿਣ ਤੋਂ ਭਾਵ ਹੈ ਵੀ ਇਹ ਸਟੇਟ ਦੀਆਂ ਪਾਲਿਸੀਆਂ ਹੁੰਦੀਆਂ ਵੀ ਜਿਹੜੀਆਂ ਕੌਮਾਂ ਨੂੰ ਤਬਾਹ ਕਰਨਾ ਹੈ ਉਹਨਾਂ ਨੂੰ ਡਰੱਗ ਤੇ ਲਾ ਦਿਓ, ਉਹਨਾਂ ਦਾ ਸੱਭਿਆਚਾਰ ਬਦਲ ਦਿਓ, ਉਹਨਾਂ ਨੂੰ ਕੰਜਰ ਕਲੇਸ਼ ਦੇ ਵਿੱਚ ਪਾ ਦਿਓ ਜੋ ਇਹਨਾਂ ਲੋਕਾਂ ਨੇ ਸ਼ੁਰੂ ਕੀਤਾ। ਸੋ ਮੇਰੇ ਕਹਿਣ ਤੋਂ ਭਾਵ ਵੀ ਇੱਕ ਆਮ ਘਰ ਦੇ ਵਿੱਚੋਂ ਜੰਮ ਕੇ ਤੁਸੀਂ ਇੰਨੀ ਸੋਚ ਜਿਹੜੀ ਹੈ ਉਹ ਆਪਣੀ ਕੌਮ ਪ੍ਰਤੀ ਮਾੜੀ ਰੱਖਦੇ ਹੋ ਤੇ ਤੁਹਾਡਾ ਨਾਮ ਫਿਰ ਕਿਹਨਾਂ ਦੇ ਵਿੱਚ ਦੇਖਿਆ ਜਾਵੇਗਾ ਭਵਿੱਖ ਦੇ ਵਿੱਚ?
ਤੁਹਾਡਾ ਨਾਮ ਵੀ ਉਹਨਾਂ ਲੋਕਾਂ ਦੇ ਵਿੱਚ ਆਉਣਾ ਹੈ ਜਿਨ੍ਹਾਂ ਨੇ ਕਤਲੇਆਮ ਕੀਤੇ, ਜਿਨ੍ਹਾਂ ਨੇ ਕੌਮਾਂ ਦਾ ਸਰਵਨਾਸ਼ ਕਰਨ ਦੇ ਲਈ ਜਿਹੜਾ ਹੈ ਉਹ ਹੱਥਕੰਡੇ ਅਪਣਾਏ, ਉਹਨਾਂ ਗੱਦਾਰਾਂ ਦੇ ਵਿੱਚ ਤੁਹਾਡਾ ਦੁਸ਼ਮਣਾਂ ਦੇ ਵਿੱਚ ਨਾਮ ਆਊਗਾ, ਜਿਹੜੇ ਮੁਗਲ ਚੜ੍ਹ ਕੇ ਆਏ, ਜਿਹਨਾਂ ਨੇ ਇੱਥੇ ਆ ਕੇ ਵੱਡੇ ਤੇ ਛੋਟੇ ਘੱਲੂਘਾਰੇ ਕੀਤੇ। ਸੋ ਤੁਸੀਂ ਉਹਨਾਂ ਤੋਂ ਕਿਤੇ ਵੀ ਘੱਟ ਨਹੀਂ। ਸਹਿਜ ਸੁਭਾਏ ਤੁਸੀਂ ਇਹ ਗੱਲ ਇੰਟਰਵਿਊ ਦੇ ਵਿੱਚ ਕਹਿ ਦਿੱਤੀ ਹੈ ਕਿ ਲਓ ਜੀ ਮੈਂ ਤੇ ਫਿਰ ਤੁਹਾਡੀ ਨਸਲ ਤਬਾਹ ਕਰ ਦਿਆਂਗਾ। ਸੋ ਫਿਰ ਤੂੰ ਕਿੱਥੋਂ ਪੰਜਾਬ ਦਾ ਸੱਕਾ ਹੋ ਗਿਆ, ਜਿਸ ਪੰਜਾਬੀ ਬੋਲੀ ਨੇ ਤੈਨੂੰ ਏਡਾ ਮਾਣ ਦਿੱਤਾ, ਜਿਹਨੇ ਪੰਜਾਬ ਦੀ ਧਰਤੀ ਨੇ ਤੈਨੂੰ ਏਡਾ ਮਾਣ, ਪੰਜਾਬ ਦੇ ਕਲਾਕਾਰ ਕਰਕੇ ਸਟਾਰ ਬਣੇ ਆ ਨਾ ਹਨੀ ਸਿੰਘ, ਬਾਲੀਵੁੱਡ 'ਚ ਨਹੀਂ ਬਣਿਆ, ਪੰਜਾਬ ਤੋਂ ਗਿਆ। ਸੋ ਉਸ ਜਿਹੜੀ ਕੌਮ ਦੀ ਨਸਲ ਤਬਾਹ ਕਰਨ ਨੂੰ ਤੂੰ ਗੱਲ ਕਰ ਰਿਹਾ, ਤੇ ਮੈਂ ਇੱਥੇ ਇਹ ਵੀ ਸਵਾਲ ਕਰ ਦਿੰਦਾ ਕਿ ਜੇ ਤੇਰੇ ਉਸ ਬਿਆਨ ਦੇ ਨਾਲ ਜਾਂ ਤੇਰੀ ਉਹ ਗੱਲ ਸੱਚ ਵੀ ਹੋ ਜਾਏ ਕਿ ਮੈਂ ਵੋਟਕਾ ਇਹਨਾਂ ਦੀ ਨਸਲ ਦੇ ਵਿੱਚ ਵਾਰ ਦਿਆਂਗਾ, ਤੇ ਅਖੀਰ ਉਹ ਕੌਮ ਜਿਹੜੀ ਹੈ ਉਹ ਤੇਰੇ ਉਸ ਬਿਆਨ ਦੇ ਕਰਕੇ ਤੇਰੇ ਗਾਣਿਆਂ ਕਰਕੇ ਜੇ ਮਰ ਜਾਂਦੀ ਹੈ ਤੇ ਤੈਨੂੰ ਕੱਲ ਨੂੰ ਕੌਣ ਸੁਣੇਗਾ? ਤੇਰੀ ਕੌਮ ਜੇਕਰ ਜਿਉਂਦੀ ਜਾਗਦੀ ਰਹੇਗੀ, ਚੜ੍ਹਦੀ ਕਲਾ 'ਚ ਰਹੇਗੀ, ਤਾਂ ਤੇਰੇ ਗਾਣੇ ਸੁਣੇ ਜਾਣਗੇ, ਤੇਰੇ ਕੌਨਸਰਟ ਜਿਹੜੇ ਹੋਣਗੇ, ਵੱਡੇ ਵੱਡੇ ਸ਼ੋਅ ਹੋਣਗੇ, ਉਹਦੀਆਂ ਟਿਕਟਾਂ ਲੈਣ ਵਾਸਤੇ ਕੌਮ ਜਾਗਦੀ ਚਾਹੀਦੀ ਹੈ ਨਾ, ਜਿਉਂਦੀ ਜਾਗਦੀ ਚਾਹੀਦੀ ਹੈ, ਚੜ੍ਹਦੀ ਕਲਾ 'ਚ ਚਾਹੀਦੀ ਹੈ, ਫਾਈਨੈਂਸ਼ਲੀ ਸਟਰੋਂਗ ਚਾਹੀਦੀ ਹੈ। ਤੇ ਜੇ ਤੂੰ ਕਹਿੰਦਾ ਵੀ ਮੈਂ ਨਸਲ ਤਬਾਹ ਕਰ ਦੇਣੀ ਹੈ, ਤੇ ਫਿਰ ਤੈਨੂੰ ਕੌਣ ਸੁਣੇਗਾ? ਫਿਰ ਤੈਨੂੰ ਚੀਨੇ ਤਾਂ ਸੁਣਨ ਨਹੀਂ ਲੱਗੇ, ਤੈਨੂੰ ਗੋਰੇ ਤਾਂ ਸੁਣਨ ਨਹੀਂ ਲੱਗੇ। ਸੋ ਮਤਲਬ ਕਿ ਉਹਨਾਂ ਦੇ ਇਹਨੂੰ ਕਹਿੰਦੇ ਆਪਣੇ ਜਿਹੜੀ ਥਾਲੀ ਦੇ ਵਿੱਚ ਖਾਣਾ ਉਸੇ ਦੇ ਵਿੱਚ ਛੇਕ ਕਰਨੇ। ਸੋ ਇਹ ਹਾਲਾਤ ਜਿਹੜੇ ਬਣੇ ਹੋਏ ਨੇ ਇਹਨਾਂ ਦੇ, ਇਹ ਇਕੱਲੇ ਨਹੀਂ ਹੈ ਹਨੀ ਸਿੰਘ ਹੋਰੀ, ਇਹ ਤਾਂ ਅੱਜ ਆਪਣੀ ਹੋ ਸਕਦਾ ਇਹਨੂੰ ਵੀ ਕਿਸੇ ਵੱਲੋਂ ਕੋਈ ਉਂਗਲੀ ਹੋਵੇ ਕਿ ਤੂੰ ਆਹ ਕੰਮ ਕਰਨੇ ਨੇ, ਅੱਜ ਵੀ ਬਹੁਤ ਸਾਰੇ ਨੇ। ਹੁਣ ਜਦੋਂ ਆਪਾਂ ਗੱਲ ਗੁਰਦਾਸ ਮਾਨ ਦੀ ਕਰਦੇ ਹਾਂ, ਗੁਰਦਾਸ ਮਾਨ ਨੂੰ ਕਿਵੇਂ ਲਿਆਂਦਾ ਗਿਆ, ਕਿਵੇਂ ਉਹਦੇ ਕੋਲੋਂ ਪਹਿਲਾ ਗਾਣਾ ਗਵਾਇਆ ਗਿਆ ਵੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਸੋ ਇਹ ਚੀਜ਼ਾਂ ਲੀਗਲ ਕਰ ਦਿੱਤੀਆਂ। ਤੁਸੀਂ ਦੇਖੋ ਗੁਰੂਆਂ ਦੀ ਧਰਤੀ ਦੇ ਉੱਤੇ ਸ਼ਰਾਬ ਨੂੰ ਲੈਜਿਟਮਾਈਜ਼ ਕਰਨਾ, ਮਤਲਬ ਕਿ ਪ੍ਰਮਾਣ ਪੱਤਰ ਦੇ ਦੇਣਾ ਵੀ ਇਹ ਤਾਂ ਮਾੜੀ ਚੀਜ਼ ਨਹੀਂ ਹੈਗੀ, ਇਹ ਕੌਣ ਕਰ ਰਿਹਾ ਜਿਹਨੂੰ ਤੁਸੀਂ ਬਾਬਾ ਬੋੜ ਕਹਿ ਰਹੇ ਹੋ? ਗੁਰਦਾਸ ਮਾਨ ਜਦੋਂ ਉਹਨੇ ਮੋਹਰ ਲਾ ਦਿੱਤੀ ਆ ਵੀ ਘਰ ਦੀ ਸ਼ਰਾਬ ਹੋਵੇ, ਹਾਂ ਘਰ ਦੀ ਸ਼ਰਾਬ ਠੀਕ ਹੈ, ਮਤਲਬ ਕਿ ਸ਼ਰਾਬ ਠੀਕ ਹੈ, ਉਹ ਅਸੀਂ ਪੀ ਸਕਦੇ ਹਾਂ। ਸੋ ਤੁਸੀਂ ਜਿਹੜੇ ਕਹਿੰਦੇ ਹੋ ਵੀ ਲਓ ਜੀ ਸਾਡੇ ਤੇ ਤਾਂ ਕਿਰਪਾ ਬਹੁਤ ਹੈ, ਅਸੀਂ ਤਾਂ ਫਲਾਨੇ ਸਾਈ ਦੇ ਬੰਦੇ ਹਾਂ, ਉਹਦੇ ਝੁਕਦੇ ਹਾਂ, ਡੇਰਿਆਂ ਤੇ ਜਾਂਦੇ ਹਾਂ, ਜਾਂ ਜਿਹਦੇ ਵੀ ਹੈਗਾ ਕੋਈ ਜਨਾਨਿਆਂ ਦੇ ਅੱਗੇ ਆਪਣੇ ਇਹ ਲੰਮਾ ਪੈ ਜਾਂਦਾ ਜਾ ਕੇ ਜਾਂ ਬਹੁਤ ਕੁਛ, ਚਲੋ ਇਹਦੀ ਆਪਣੀ ਪਰਸਨਲ ਲਾਈਫ ਹੈ, ਪਰ ਜਦੋਂ ਤੁਸੀਂ ਇੱਕ ਪਬਲਿਕ ਫਿਗਰ ਹੁੰਦੇ ਹੋ ਤਾਂ ਉਹਦੇ ਤੇ ਉਦੋਂ ਤੁਹਾਡੇ ਤੇ ਜ਼ਿੰਮੇਵਾਰੀਆਂ ਹੁੰਦੀਆਂ। ਸੋ ਤੁਸੀਂ ਸ਼ਰਾਬ ਨੂੰ ਲਿਆਉਣ ਵਾਲੇ ਤੇ ਤੁਸੀਂ ਉਸ ਦੌਰ ਦੇ ਵਿੱਚ ਇੱਕ ਨਾਈਟ ਡੋਮੀਨੈਂਟ ਜਿਹੜਾ KPS ਗਿੱਲ ਨੇ ਉਸ ਵੇਲੇ ਇੱਕ ਓਪਰੇਸ਼ਨ ਚਲਾਇਆ ਸੀ ਪੰਜਾਬ 'ਚ ਕਿ ਰਾਤਾਂ ਨੂੰ ਜਿਹੜੇ ਡਾਂਸ ਪ੍ਰੋਗਰਾਮ ਹੋਇਆ ਕਰਨਗੇ, ਫਿਰ ਉਸ ਡਾਂਸ ਪ੍ਰੋਗਰਾਮਾਂ ਦੇ ਵਿੱਚ KPS ਗਿੱਲ ਨੇ ਬੰਬੇ ਤੋਂ ਹੀਰੋਇਨਾਂ ਲਿਆਉਣੀਆਂ ਸ਼ੁਰੂ ਕੀਤੀਆਂ, ਫਿਰ ਬੀਬੀਆਂ ਲਿਆ ਕੇ ਸ਼ਾਮ ਨੂੰ ਨਚਾਉਣੀਆਂ ਸ਼ੁਰੂ ਕੀਤੀਆਂ, ਉਹਦੇ ਵਿੱਚ ਫਿਰ ਕਲਾਕਾਰ ਕੁਛ ਹਾਇਰ ਕੀਤੇ ਇਹਨਾਂ ਨੇ ਜਿਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਤੁਸੀਂ ਆਹ ਕੰਮ ਕਰ ਰਹੇ ਨੇ ਪੰਜਾਬ 'ਚ, ਤੁਹਾਡੇ ਅਖਾੜੇ ਜਿਹੜੇ ਆ ਉਹਨਾਂ ਨੂੰ ਅਸੀਂ ਸਪੋਰਟ ਕਰਾਂਗੇ, ਤੁਸੀਂ ਇਸ ਤਰ੍ਹਾਂ ਦੇ ਗਾਣੇ ਕੱਢਣੇ ਆ, ਤੁਸੀਂ ਜਿਹੜੇ ਲੋਕ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਜਿਹੜੀ ਇੱਕ ਖਾੜਕੂਵਾਦ ਜਾਂ ਇੱਕ ਵੱਖਰਾਪਨ ਹੈ, ਜਿਹੜੇ ਫਿਰ ਪੰਜਾਬ ਦੇ ਲੋਕ ਦਰਬਾਰ ਸਾਹਿਬ 'ਤੇ ਅਟੈਕ ਨੂੰ ਭੁੱਲ ਨਹੀਂ ਰਹੇ, ਉਹ ਤੁਸੀਂ ਨੱਚਣ ਗਾਣ ਵਾਲੇ ਪਾਸੇ ਪਾ ਕੇ ਭੁਲਾਉਣੇ ਨੇ। ਸੋ ਇਹ ਸਾਰਿਆਂ ਦਾ ਹਿੱਸਾ ਕਿਤੇ ਨਾ ਕਿਤੇ ਚੱਲਦਾ ਆਉਂਦਾ ਪਿਆ। ਉਸ ਤੋਂ ਬਾਅਦ ਸਾਡੇ ਅੱਜ ਕੱਲ੍ਹ ਦੇ ਜਿਹੜੇ ਭੁੱਲੜ ਨਵੇਂ ਨਵੇਂ ਉੱਠੇ ਨੌਜਵਾਨ ਗਾਇਕ ਨੇ, ਇਹ ਵੀ ਸ਼ਾਇਦ ਕੀ ਮੈਂ ਕਹਿੰਦਾ ਵੀ ਇਹ ਸਮਝ ਹੀ ਨਹੀਂ ਰਹੇ ਵੀ ਇੱਕ ਆਪਣਾ ਗਾਣਾ ਚਲਾਉਣ ਦੇ ਲਈ, ਆਪਣੇ ਵਿਊ ਵਧਾਉਣ ਦੇ ਲਈ ਇਹ ਪੰਜਾਬ ਦੀ ਜਵਾਨੀ ਨੂੰ ਕੀ ਪਰੋਸ ਰਹੇ ਨੇ। ਹੁਣ ਗੱਲ ਜਦੋਂ ਹਰਭਜਨ ਮਾਨ ਹੋਰਾਂ ਦੀ ਕਰਦੇ ਹਾਂ, ਕਿੱਡੇ ਵਧੀਆ, ਕਿੱਡਾ ਇੰਟਲੈਕਚੁਅਲ ਉਹ ਇਨਸਾਨ ਹੈਗਾ ਜਿਹਨੇ ਅੱਜ ਤੱਕ ਕੋਈ ਕੰਟਰੋਵਰਸੀ ਨਹੀਂ ਕੀਤੀ, ਕੋਈ ਇਸ ਤਰ੍ਹਾਂ ਦਾ ਗਾਣਾ ਪੰਜਾਬ ਦੀ ਝੋਲੀ ਨਹੀਂ ਪਾਇਆ ਜਿਹਦੇ ਉੱਤੇ ਕੱਲ੍ਹ ਨੂੰ ਕੋਈ ਉਂਗਲ ਚੁੱਕ ਸਕੇ। ਇਹਦੇ ਇਲਾਵਾ ਹੋਰ ਵੀ ਬਹੁਤ ਸਾਰੇ ਗਾਇਕ ਨੇ ਪੰਜਾਬ 'ਚ, ਅੱਜ ਦੇ ਨੌਜਵਾਨ ਮੁੰਡੇ ਵੀ ਬਹੁਤ ਸੋਹਣਾ ਸੋਹਣਾ ਗਾਉਣ ਵਾਲੇ ਆ,
ਪਰ ਕੁਛ ਲੋਕ ਐਸੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਸਿਰਫ ਵਿਊਜ਼ ਚਾਹੀਦੇ ਨੇ, ਸਾਨੂੰ ਬੱਲੇ ਬੱਲੇ ਚਾਹੀਦੀ ਹੈ, ਸਾਨੂੰ ਬਿਜ਼ਨਸ ਕਲਾਸ ਟਿਕਟਾਂ ਮਿਲ ਜਾਣ, 5-7 star ਹੋਟਲਾਂ 'ਚ ਸਾਡੀ ਸਟੇਅ ਹੋਵੇ, ਹਰ ਕੰਟਰੀ ਦੇ ਵਿੱਚ ਸਾਡੇ ਸ਼ੋਅ ਲੱਗਣ, ਉਹਦੇ ਲਈ ਸਾਨੂੰ ਜੋ ਵੀ ਬੋਲਣਾ ਪਿਆ, ਜੋ ਗੰਦ, ਜੋ ਸ਼ਬਦ ਸਾਨੂੰ ਬੋਲਣੇ ਪੈਣ ਅਸੀਂ ਬੋਲਾਂਗੇ। ਪਰ ਉਹ ਬਾਅਦ 'ਚ ਇਹ ਨਹੀਂ ਸੁਣਦੇ। ਹੁਣ ਹਨੀ ਸਿੰਘ ਨੇ ਉਸੇ ਇੰਟਰਵਿਊ ਦੇ ਵਿੱਚ ਗੱਲ ਕਹੀ ਹੈ ਅੱਗੇ ਜਾ ਕੇ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਅੱਗੋਂ ਮੇਰੇ ਬੱਚੇ, ਮੇਰੇ ਭਤੀਜੇ ਭਤੀਜੀਆਂ ਕਹਿੰਦਾ ਮੇਰੇ ਗਾਣੇ ਸੁਣਨ। ਸੋ ਤੁਸੀਂ ਜੇ ਲੋਕਾਂ ਦੇ ਭਤੀਜਿਆਂ ਨੂੰ, ਲੋਕਾਂ ਦੇ ਭਾਣਜਿਆਂ ਨੂੰ, ਲੋਕਾਂ ਦੇ ਪੁੱਤਾਂ ਧੀਆਂ ਨੂੰ ਆਪਣੇ ਗਾਣੇ ਸੁਣਾ ਦਿੱਤੇ, ਅੱਜ ਫਿਰ ਤੁਹਾਨੂੰ ਕਿਉਂ ਸ਼ਰਮ ਆ ਰਹੀ ਹੈ ਵੀ ਤੁਹਾਡੀ ਬੇਟੀ ਜੀ ਤੁਹਾਡੇ ਗਾਣੇ ਨਾ ਸੁਣੇ, ਜੇ ਤੁਸੀਂ ਇੰਨਾ ਹੀ ਚੰਗਾ ਕੰਮ ਕੀਤਾ। ਇਹੀ ਗੱਲ ਹੁੰਦੀ ਹੈ ਨਾ, ਕਹਿੰਦੇ ਜਦੋਂ ਇੱਕ ਉਮਰ ਦਾ ਪੜਾਅ ਲੰਘ ਜਾਂਦਾ ਨਾ, ਬੰਦੇ ਨੂੰ ਪਛਤਾਵਾ ਹੁੰਦਾ ਕਿ ਯਾਰ ਮੈਂ ਕੀ ਕਰਦਾ ਰਿਹਾ। ਸੋ ਜਿਹੜੇ ਅੱਜ ਨਵੇਂ ਮੁੰਡੇ ਨੇ, ਇਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜੋ ਤੁਸੀਂ ਗਾ ਰਹੇ ਹੋ ਕੱਲ ਨੂੰ ਤੁਹਾਨੂੰ 20-30 ਸਾਲ ਬਾਅਦ ਪਛਤਾਵਾ ਨਾ ਹੋਵੇ ਉਹਦਾ, ਜਦੋਂ ਤੁਸੀਂ ਬਜ਼ੁਰਗ ਬਣ ਜਾਓ, ਤੁਹਾਡੇ ਘਰ ਵੀ 2-2, 3-3 ਕੁੜੀਆਂ ਹੋਣ, ਠੀਕ ਹੈ, ਉਹ ਵੀ ਜਵਾਨ ਜਦੋਂ ਹੁੰਦੀਆਂ ਹੋਣ ਤੇ ਤੁਹਾਡੇ ਗਾਣੇ ਲੱਗੇ ਹੋਣ ਅੱਗੇ ਜੋ ਤੁਸੀਂ ਬੋਲਦੇ ਰਹੇ ਹੋ, ਤੇ ਫਿਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਏਗਾ। ਸੋ ਇਹ ਗੱਲਾਂ ਸਾਰੀਆਂ ਸੋਚਣੀਆਂ ਪੈਣਗੀਆਂ। ਮੇਰੇ ਕਹਿਣ ਤੋਂ ਭਾਵ ਇਹ ਸਾਰੀ ਗੱਲ ਕਰਨ ਦਾ ਸਾਡਾ ਮਕਸਦ ਇਹ ਸੀ ਕਿ ਦੇਖੋ ਇੱਕ ਸਿੰਗਰ ਹੈ ਜਿਹਨੂੰ ਸ਼ੋਹਰਤ ਬਖਸ਼ੀ ਪੰਜਾਬ ਨੇ। ਮੈਂ ਤੇ ਅੱਗੇ ਕਹਿੰਦਾ ਹੁੰਦਾ, ਬਹੁਤ ਵਾਰੀ ਮੈਂ ਗੱਲਾਂ ਕਹੀਆਂ ਵੀ ਪੰਜਾਬ ਨੇ ਜਿਹਨੂੰ ਜਿਹਨੂੰ ਮਾਣ ਬਖਸ਼ਿਆ ਉਹਨੇ ਪੰਜਾਬ ਦੀਆਂ ਜੜ੍ਹਾਂ ਵੱਢੀਆਂ। ਜਿਹਨੂੰ ਵੀ ਪੰਜਾਬ ਨੇ ਮਾਣ ਹਰ ਇੱਕ ਨੂੰ ਬਖਸ਼ਿਆ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਹੈ। ਹੁਣ ਗੱਲ ਧਰਮਿੰਦਰ ਪਰਿਵਾਰ ਦੀ ਕਰ ਲਈਏ, ਪੰਜਾਬੀ ਫਿਲਮਾਂ ਬਣਾਈਆਂ, ਪੰਜਾਬ ਦਾ ਪੁੱਤਰ ਹੋਣ ਦਾ ਮਾਣ ਲਿਆ ਬਾਲੀਵੁੱਡ ਦੇ ਵਿੱਚ ਜਾ ਕੇ, ਤੇ ਪੰਜਾਬ ਨਾਲ ਇੱਕ ਵਾਰੀ ਨਹੀਂ ਖੜੇ, ਪੰਜਾਬ ਦੀਆਂ ਜੜ੍ਹਾਂ ਹੀ ਵੱਡੀਆਂ ਨੇ। ਨਰਿੰਦਰ ਮੋਦੀ ਦੇ ਕਿਸਾਨੀ ਬਿੱਲ ਜਦੋਂ ਆਏ ਤੇ ਸਨੀ ਦਿਓਲ ਵਰਗੇ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਭੁਗਦੇ ਰਹੇ ਆ। ਹੋਰ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦੇ ਦਿਓ। ਫਿਰ ਪੰਜਾਬ 'ਚੋਂ ਉੱਠੇ ਲੀਡਰ ਜਿਹਨਾਂ ਨੇ ਪੰਜਾਬ 'ਚੋਂ ਮਾਣ ਹਾਸਲ ਕੀਤਾ, ਪ੍ਰਕਾਸ਼ ਸਿੰਘ ਬਾਦਲ, ਗਿਆਨੀ ਜੈਲ ਸਿੰਘ ਵਰਗੇ, ਉਹ ਹੈ ਤਾਂ ਪੰਜਾਬ ਦੇ ਪਰ ਪੰਜਾਬ ਦੇ ਉਲਟ ਭੁਗਦੇ ਰਹੇ ਜਾ ਕੇ। ਮਤਲਬ ਕਹਿ ਲਈਏ ਵੀ ਜਿਹਦਾ ਜਿਹਦਾ ਵੀ ਪੰਜਾਬ ਨੇ ਕੀਤਾ, ਪੰਜਾਬ ਦੀਆਂ ਜੜ੍ਹਾਂ ਹੀ ਉਹਨੇ ਵੱਢੀਆਂ ਨੇ। ਸੋ ਇਹ ਸਾਰਿਆਂ ਦਾ ਇਹੀ ਹਾਲ ਹੈਗਾ ਜੀ। ਜੀ ਦਿਲਜੀਤ ਸਿੰਘ ਜੀ, ਮੈਂ ਸਮਝਾਉਣਾ ਚਾਹਾਂਗਾ ਕਿ ਚਲੋ ਜੋ ਸਾਰੀ ਕਰਨਾ ਹੋਊਗੀ ਹੋਗੀ, ਪਰ ਇੱਕ ਐਡਾ ਵੱਡਾ ਬਿਆਨ ਇੰਨੇ ਬੇਖੌਫ ਹੋ ਕੇ ਇੱਕ ਪੂਰੀ ਕਮਿਊਨਿਟੀ ਦੇ ਖਿਲਾਫ ਦੇ ਦੇਣਾ, ਤੁਹਾਨੂੰ ਲੱਗਦਾ ਨਾ ਕਿ ਜ਼ਹਿਰ ਅੱਜ ਵੀ ਦਿਲ ਦੇ ਵਿੱਚ ਹੈ ਜਾਂ ਉਹਨਾਂ ਨੂੰ ਕੁਛ ਹਜੇ ਵੀ ਗਿਲੇ ਛਿਪਕੇ ਹੈਗੇ ਨੇ? ਮਤਲਬ ਗਿਲੇ ਛਿਪ ਮੈਂ ਤਾਂ ਕਹਿ ਰਿਹਾ ਹਾਂ ਕਿਉਂਕਿ ਦੇਖੋ ਇੱਕ ਪੂਰੀ ਕਮਿਊਨਿਟੀ ਦੇ ਖਿਲਾਫ ਐਡਾ ਵੱਡਾ ਬਿਆਨ ਦੇ ਦੇਣਾ, ਉਹ ਅੱਜ ਜਾ ਕੇ ਇੰਨੇ ਸਾਲਾਂ ਬਾਅਦ ਯਾਨੀ ਕਿ ਉਹਨਾਂ ਗੁੱਸਾ ਅੱਜ ਵੀ ਠੰਡਾ ਨਹੀਂ ਹੋਇਆ। ਇੱਕ ਗੱਲ ਮੈਂ ਨਾ ਭੁੱਲ ਗਿਆ ਸੀ, ਮੈਂ ਉਹ ਨਾਲ ਜੋੜ ਦਵਾਂ। ਹਨੀ ਸਿੰਘ ਨੇ ਅੱਜ ਇਹ ਬਿਆਨ ਦਿੱਤਾ ਵੀ ਮੈਂ ਇਹਨਾਂ ਦੀ ਨਸਲ ਤਬਾਹ ਕਰ ਦਿਆਂਗਾ, ਤੇ ਉਸ ਤੋਂ ਬਾਅਦ ਹਨੀ ਸਿੰਘ ਦਾ ਹਾਲ ਜੋ ਹੋਇਆ, ਪੂਰੇ 6 ਸਾਲ ਉਹ ਮਰਨ ਕੰਡੇ ਤੇ ਪਿਆ ਰਿਹਾ। ਤੇ ਉਹਨੇ ਉਹ ਇੰਟਰਵਿਊ ਦੇ ਵਿੱਚ ਵਜ੍ਹਾ ਵੀ ਦੱਸੀ ਹੈ। ਉਹ ਕਹਿੰਦਾ ਮੈਂ ਸੁੱਕੇ ਨਸ਼ੇ ਵੀ ਕਰਦਾ ਸੀ ਤੇ ਨਾਲ ਮੈਨੂੰ ਸ਼ਰਾਬ ਦੀ ਵੀ ਲੱਤ ਲੱਗ ਗਈ, ਤੇ ਉਸ ਤੋਂ ਬਾਅਦ ਮੇਰਾ ਮਾੜਾ ਹਾਲ ਹੋ ਗਿਆ, ਮੈਨੂੰ ਤਾਂ ਸੁਪਨੇ ਦੇ ਵਿੱਚ ਭੂਤ ਨਜ਼ਰ ਆਉਂਦੇ ਸੀ, ਜਾਗਦਿਆਂ ਵੀ ਭੂਤ ਨਜ਼ਰ ਆਉਂਦੇ ਸੀ। ਮਤਲਬ ਦੇਖੋ, ਮੈਂ ਆਪਾਂ ਜਿਹੜੀ ਪਹਿਲਾਂ ਪਿਛਲੇ ਐਪੀਸੋਡ 'ਚ ਗੱਲ ਕਰਕੇ ਹਟੇ ਹਾਂ ਭਈ, ਜਿਨ੍ਹਾਂ ਜਿਨ੍ਹਾਂ ਨੇ ਝੂਠੀਆਂ ਸੋਹਾਂ ਖਾਧੀਆਂ, ਜਿਨ੍ਹਾਂ ਜਿਨ੍ਹਾਂ ਨੇ ਧਰਮ ਪੰਥ ਦੇ ਖਿਲਾਫ ਜਿਨ੍ਹਾਂ ਨੇ ਗੱਲਾਂ ਕੀਤੀਆਂ ਵੀ ਤਬਾਹੀ ਹੋ ਜੇ, ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਤਬਾਹੀ ਹੋ ਜੇ ਉਹਨਾਂ ਦੀ, ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ। ਹੁਣ ਹਨੀ ਸਿੰਘ ਦੇ ਇਸ ਬਿਆਨ ਤੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜਾ ਕਹਿੰਦਾ ਸੀ ਮੈਂ ਕੌਮ ਤਬਾਹ ਕਰ ਦੇਣੀ ਹੈ, ਤੇ ਉਹ 4-5 ਸਾਲ ਜਿਹੜਾ ਹੈ ਉਹ ਮਰਨ ਕੰਢੇ ਪਿਆ ਰਿਹਾ, ਤੇ ਉਹਦਾ ਕੈਰੀਅਰ ਜਿਹੜਾ ਹੈ ਉਹ ਤਬਾਹ ਹੋ ਗਿਆ। ਸੋ ਤੁਸੀਂ ਕਦੇ ਨਾ ਸੋਚੋ ਕਿ ਰੱਬ ਤੁਹਾਨੂੰ ਦੇਖਦਾ ਨਹੀਂ ਹੈ। ਮੈਂ ਫਿਰ ਉਹੀ ਗੱਲ ਕਹਿੰਦਾ ਵੀ ਇਹ ਸਾਰਾ ਕੁਛ ਉਹਦੇ ਹਿਸਾਬ ਕਿਤਾਬ ਦੇ ਵਿੱਚ ਹੀ ਉਹ ਦੇਖ ਰਿਹਾ ਤੁਹਾਡੇ ਵੱਲ ਕੀ ਕੀ ਸਟੈਪ ਤੁਸੀਂ ਲੈ ਰਹੇ ਹੋ, ਤੇ ਉਹਦਾ ਹਿਸਾਬ ਹੋਣਾ। ਹੁਣ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਗੁੱਸਾ ਜਾਂ ਜੋ ਵੀ ਹੈ ਮਨ ਦੇ ਵਿੱਚ, ਇਹ ਤਾਂ ਹਨੀ ਸਿੰਘ ਨੂੰ ਆਪ ਸੋਚਣਾ ਚਾਹੀਦਾ ਵੀ ਕਿਹਦੇ ਵਾਸਤੇ ਗੁੱਸਾ। ਗੰਦੇ ਗਾਣੇ ਤੂੰ ਗਾਵੇਂ, ਲੋਕਾਂ ਦੀਆਂ ਧੀਆਂ ਭੈਣਾਂ ਦੇ ਲੱਕ ਤੂੰ ਮਿਣੇ। ਇੱਕ ਲਾਈਵ ਸ਼ੋਅ ਉਹਦਾ ਮੈਂ ਦੇਖ ਰਿਹਾ ਸੀ ਹੁਣ, ਕਿਉਂਕਿ ਕਾਫੀ ਉਹ ਮਸ਼ਹੂਰ ਹੋਇਆ ਹੋਇਆ ਨਾ ਹਨੀ ਸਿੰਘ, ਤੇ ਉਹਦੀਆਂ ਵੀਡੀਓਜ਼ ਉੱਪਰ ਆ ਰਹੀਆਂ ਸੋਸ਼ਲ ਮੀਡੀਆ ਤੇ। ਆਪਣੇ ਸਟੇਜ ਤੋਂ ਖੜੇ ਹੋ ਕੇ
ਥੱਲੇ ਇੱਕ ਜਿਹੜੀ ਕੁੜੀ ਹੈ ਉਹਦੇ ਵੱਲ ਇਸ਼ਾਰੇ ਕਰ ਕਰਕੇ ਉਹ ਇਹ ਕਹਿ ਰਿਹਾ ਕਿ ਹਨੀ ਸਿੰਘ ਦਾ ਫਲੈਟ ਇੱਥੇ ਨੇੜੇ ਹੀ ਹੈ। ਰੈਪ ਕਰ ਕਰਕੇ ਮਤਲਬ ਕਿ ਇੰਨੀ ਭੱਦੀ ਸ਼ਬਦਾਵਲੀ ਉਹ ਬੋਲ ਰਿਹਾ ਰੈਪ ਦੇ ਵਿੱਚ ਕਿ ਤੂੰ ਜੇ ਤਿਆਰ ਹੈ ਤੇ ਹਨੀ ਸਿੰਘ ਦਾ ਫਲੈਟ ਬਹੁਤੀ ਦੂਰ ਨਹੀਂ ਹੈ। ਸੋ ਤੁਸੀਂ ਪੰਜਾਬ ਦੀਆਂ ਕੁੜੀਆਂ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਤੇ ਤੁਸੀਂ ਗੁੱਸਾ ਕੱਢੋ ਕੌਮ ਦੇ ਉੱਤੇ? ਫਿਰ ਮੈਂ ਉਹੀ ਕਹਿੰਦਾ ਵੀ ਸਾਡੇ ਬੰਦੇ ਭੋਲੇ ਨੇ, ਲਓ ਜੀ ਆ ਗਿਆ ਨਵਾਂ ਗਾਇਕ ਤੇ ਇਹਨੂੰ ਚੱਕ ਲਿਆ ਹੱਥਾਂ ਤੇ ਪੱਬਾਂ ਤੇ ਚੱਕ ਲਿਆ, ਬਾਲੀਵੁੱਡ ਤੱਕ ਭੇਜ ਦਿੱਤਾ। ਸੋ ਇਹ ਬਾਅਦ ਚ ਇਹ ਸਿਰ ਦੇ ਵਿੱਚ ਸਵਾਹ ਇਹੋ ਜਿਹੇ ਲੋਕ ਜਿਹੜੇ ਆ ਉਹ ਪਾਉਂਦੇ ਨੇ। ਸੋ ਇਹ ਗੁੱਸਾ ਕੱਢਣ ਵਾਲੀ ਕਿਤੇ ਗੱਲ ਠੀਕ ਹੈ ਤੇ ਜੋ ਹੁਣ ਬਾਰ ਬਾਰ ਮਤਲਬ ਕਿ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਹਨੀ ਸਿੰਘ ਕੋਸ਼ਿਸ਼ ਕਰ ਰਿਹਾ, ਭਾਈ ਇਹ ਭੁੱਲਾਂ ਵੀ ਬਖਸ਼ਾਉਣੀਆਂ ਪੈਂਦੀਆਂ ਹੁੰਦੀਆਂ। ਜੇ ਆਪਣੇ ਆਪ ਨੂੰ ਦੁਬਾਰਾ ਕਾਇਮ ਕਰਨਾ ਹੈ ਤੇ ਜਿਹੜੇ ਇਹੋ ਜਿਹੇ ਬਿਆਨ ਦਿੱਤੇ ਨੇ ਉਹਦੇ ਉੱਤੇ ਆਪਣੀਆਂ ਭੁੱਲਾਂ ਵੀ ਬਖਸ਼ਾਓ। ਇਹ ਬਿਆਨ ਦੇਣ ਦੇ ਨਾਲ ਤੁਸੀਂ ਪੰਜਾਬ ਤੋਂ, ਸਿੱਖਾਂ ਤੋਂ ਜਿਹੜਾ ਪਹਿਲਾਂ ਵੀ ਦੂਰ ਸੀ ਪਰ ਹੁਣ ਹੋਰ ਦੂਰ ਹੋ ਗਏ ਹੋ। ਸੋ ਤੁਹਾਡੇ ਇਹਨਾਂ ਬਿਆਨਾਂ ਕਰਕੇ ਥੈਂਕ ਯੂ ਜੀ। ਤੁਹਾਡਾ ਧੰਨਵਾਦ ਕਰਦੇ ਹਾਂ ਤੇ ਥੋੜ੍ਹੇ ਤੋਂ ਜ਼ਿਆਦਾ ਲਵਾਂਗੇ ਤੇ ਪੜ੍ਹਾਈ ਪੰਜਾਬ ਟੀਵੀ ਦੇਖ ਦਰਸ਼ਕਾਂ ਤੋਂ ਜ਼ਿਆਦਾ ਲਵਾਂਗੇ, ਹੁਣ ਵਿਹਲਾ ਹੋ ਗਿਆ ਜਦ ਲੈਣ ਦਾ। ਧੰਨਵਾਦ ਧੰਨਵਾਦ ਜੀ ਧੰਨਵਾਦ।